ਨੌਜਵਾਨ ਦੀ ਲਾਸ਼ ਲਵਾਰਸ ਹਾਲਤ ਦੇ ਵਿੱਚ ਮਿਲੀ। ਪੁੱਤ ਦੀ ਲਾਸ਼ ਨੂੰ ਵੇਖ ਮਾਪੇ ਧਾਹਾਂ ਮਾਰ ਮਾਰ ਰੋਏ। ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਦਾ ਕਤਲ ਹੋਇਆ ਹੈ ਤੇ ਪੁਲਿਸ ਉਹਨਾਂ ਦੇ ਪੁੱਤ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਲੱਭੇ ਤੇ ਗ੍ਰਿਫਤਾਰ ਕਰੇ। ਇਹ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ ਜਿੱਥੇ ਲਾਡੀ ਸਿੰਘ ਨਾਮ ਦਾ ਨੌਜਵਾਨ ਜੋ ਕੰਬਾਈਨ ਤੇ ਕੰਮ ਕਰਦਾ ਸੀ, ਜੋ ਇੱਕ ਮਹੀਨੇ ਤੋਂ ਪਾਣੀਪਤ ਕੰਬਾਈਨ ਤੇ ਕੰਮ ਕਰ ਰਿਹਾ ਸੀ, ਪਰ ਅਚਾਨਕ ਲਾਡੀ ਲਾਪਤਾ ਹੋ ਗਿਆ ਅਤੇ ਉਸਦਾ ਮਾਪਿਆਂ ਨਾਲ ਰਾਬਤਾ ਵੀ ਨਹੀਂ ਹੋਇਆ। ਮਾਪਿਆਂ ਨੂੰ ਨੌਜਵਾਨ ਦੀ ਮੌਤ ਬਾਰੇ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ, ਕਿਉਂਕਿ ਕਿਸੇ ਵੱਲੋਂ ਉਹਨਾਂ ਦੇ ਪੁੱਤ ਦੀ ਲਾਸ਼ ਦੀ ਤਸਵੀਰ ਪਹਿਚਾਨਣ ਲਈ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ। ਜਾਣਕਾਰੀ ਮੁਤਾਬਿਕ ਬੀਤੀ 15 ਸਤੰਬਰ ਨੂੰ ਲਾਡੀ ਸਿੰਘ ਨੇ ਆਪਣੀ ਮਾਂ ਨਾਲ ਆਖਰੀ ਵਾਰ ਗੱਲ ਕੀਤੀ ਸੀ। ਉਹ ਪਾਣੀਪਤ ਤੋਂ ਛੀਕੇ ਪਿੰਡ ਦੇ ਹੀ ਕਿਸੇ ਨੌਜਵਾਨ ਨਾਲ ਆਇਆ ਸੀ, ਪਰ ਉਸ ਤੋਂ ਬਾਅਦ ਉਸਦਾ ਕੋਈ ਸੰਪਰਕ ਆਪਣੇ ਮਾਪਿਆਂ ਨਾਲ ਨਹੀਂ ਹੋਇਆ। ਪਰ ਬੀਤੇ ਦਿਨ ਸਿਟੀ ਪੁਲਿਸ ਸਮਾਣਾ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਮ੍ਰਿਤਕ ਦੇ ਨੂਰਪੁਰਾ ਸ਼੍ਰੀ ਆਨੰਦ ਗਊਸ਼ਾਲਾ ਦੇ ਪਿੱਛੇ ਸੁਨਸਾਨ ਥਾਂ ਤੇ ਪਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ। ਹੁਣ ਨੌਜਵਾਨ ਦੀ ਪਹਿਚਾਣ ਹੋ ਗਈ ਹੈ, ਜੋ ਕਿ ਪਿੰਡ ਖਲਾਰਾ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 35 ਸਾਲ ਦੀ ਸੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਉੱਥੇ ਮ੍ਰਿਤਕ ਨੌਜਵਾਨ ਦੀ ਮਾਂ ਨੇ ਰੋ ਰੋ ਕੇ ਆਪਣੇ ਪੁੱਤ ਲਈ ਇਨਸਾਫ ਦੀ ਗੁਹਾਰ ਲਗਾਈ ਹੈ। ਲਾਡੀ ਹੈ ਜੀ, ਲਾਡੀ ਹਾਂ। ਉਹ ਤੇਰੇ ਘਰ ਵਾਲੇ ਦਾ ਨਾਮ ਕੀ ਹੈ? ਬੰਤ ਸਿੰਘ ਹੈ ਜੀ। ਹੈ? ਬੰਤ ਸਿੰਘ। ਬੰਤ ਸਿੰਘ ਪਿੰਡ ਕੇ ਰੋਡਾ ਕਲਾਰਾਂ ਜੀ। ਇਹ ਜਿਹੜਾ ਤੁਹਾਡਾ ਬੇਟਾ ਸੀ, ਇਹ ਕੀ ਕੰਮ ਕਰਦਾ ਸੀ? ਇਹ ਕੰਬਾਈਨ ਤੇ ਜਾਂਦਾ ਜੀ। ਕੰਬਾਈਨ ਤੇ ਜਾਂਦਾ ਸੀ। ਕਿੰਨੇ ਸਾਲਾਂ ਦੇ ਕੰਬਾਈਨ ਤੇ ਜਾ ਰਿਹਾ? ਐ ਤਾਂ ਹੋ ਗਏ ਹੋਣਗੇ 12-13 ਸਾਲ ਜਾਂਦੇ। ਕਿੰਨੀ ਉਮਰ ਹੈ ਇਹਦੀ? ਫੋਨ ਕਰਿਆ ਉਹਨੇ ਚੀਕੇ ਦੀ ਗਾ, ਤੇਰੇ ਬੇਟੇ ਨੇ? ਹਾਂ, ਚੀਕੇ ਆ ਗਏ। ਮੈਂ ਪੁੱਤ ਤੂੰ ਕੀ ਕਰਨਾ? ਕੀ ਸੁਣਿਆ ਅੱਜ? ਸਾਨੂੰ ਕਿਸੇ ਨੇ ਫਿਰ ਦੱਸਿਆ, ਕਹਿੰਦੇ ਨੈੱਟ ਤੇ ਫੋਟੋ ਆ ਰਹੀ ਆ, ਕਹਿੰਦੇ ਆਹ ਦੇਖੋ ਕੀ ਦੀ ਆ। ਮੈਂ ਮੇਰਾ ਮੁੰਡਾ ਹੈਗਾ। ਅੱਛਾ, ਫਿਰ ਪਤਾ ਲੱਗਾ ਸਾਨੂੰ ਤਾਂ। ਤੁਸੀਂ ਥਾਣੇ ਜਾ ਕੇ ਆਏ ਹੋ? ਆ ਹੁਣ ਜਾ ਰਹੇ ਆ ਕਿ ਬੁਲਾ ਰਹੇ ਨੇ ਸਾਨੂੰ? ਜਾਓਗੇ ਥਾਣੇ? ਹਾਂ, ਜਾਵਾਂਗੇ। ਕਿੰਨੇ ਮੁੰਡੇ ਆ ਤੇਰੇ? ਦੋਏ ਮੁੰਡੇ ਨੇ। ਉਹ ਕਿਸ ਤੇ ਵੱਡਾ ਹੈ? ਦੂਜਾ? ਦੂਆ ਵੱਡਾ ਗਾ, ਉਹ ਮਸ਼ੀਨ ਤੇ ਗਿਆ ਹੋਇਆ। ਚਾਰ ਕੁੜੀਆਂ? ਚਾਰ ਕੁੜੀਆਂ ਨੇ, ਚਾਰ ਨੇ। ਘਰ ਵਾਲਾ ਕੀ ਕੰਮ ਕਰਦਾ ਤੁਹਾਡਾ? ਕੁਛ ਨਹੀਂ ਗਾ, ਵਿਹਲਾ ਜੀ। ਉਹ ਤਾਂ ਬਜ਼ੁਰਗ ਆ ਤਾਂ। ਆ ਦੇਖ ਲਓ ਤੁਹਾਡਾ ਕੀ ਲੱਗਦਾ, ਤੁਹਾਡਾ ਕੀ? ਤੁਸੀਂ ਕਿਹੜੇ ਪਿੰਡ ਦੇ ਹੋ? ਮੈਂ ਕੰਗਰੋਲੀ ਦਾ। ਕੰਗਰੋਲੀ ਤੋਂ? ਇਹ ਮਾਮੇ ਦੀ ਕੁੜੀ ਹੈ। ਤੇਰੇ ਮਾਮੇ ਦੀ ਕੁੜੀ ਹੈ? ਹਾਂ। ਤੇ ਮਤਲਬ ਤੁਹਾਡਾ ਭਾਣਜਾ ਹੀ ਲੱਗਿਆ? ਭਾਣਜਾ ਲੱਗਿਆ ਜੀ। ਇਹ ਜਿਹੜਾ ਲੱਡੀ ਹੈ, ਲੱਡੀ ਹੈ ਨਾ ਭਾਣਜਾ? ਹਾਂਜੀ ਹਾਂ। ਤੇ ਇਹ ਕੰਬਾਈਨ ਤੇ ਕਿੰਨੇ ਟਾਈਮ ਦਾ ਕੰਮ ਕਰ ਰਿਹਾ? ਬਹੁਤ ਚਿਰ ਦਾ ਕਰਦਾ ਜੀ, ਇਹਨੂੰ ਇਹਨੂੰ 11-12-13 ਸਾਲ ਤੋਂ, 15 ਸਾਲ ਤੋਂ ਉੱਪਰ ਮੰਗੋ। ਤਾਂ ਕੀ ਆਇਆ, ਕੋਈ ਪਰਿਵਾਰ ਆਇਆ ਹੁਣ ਤਾਂ? 16 ਤਰੀਕ ਨੂੰ ਨਾ ਇੱਕ ਸਾਨੂੰ ਅਨਨੋਨ ਡੈਡ ਬੋਡੀ ਬਰਾਮਦ ਹੋਈ ਸੀ, ਨੂਰਪੁਰਾ ਪ੍ਰਤਾਪ ਕਲੋਨੀ ਦੇ ਨੇੜੇ, ਗਊਸ਼ਾਲਾ ਦੀ ਬੈਕ ਸਾਈਡ ਤੋਂ, ਸਮਾਣਾ ਤੋਂ ਜੀ। ਜਿਹਨੂੰ ਅਸੀਂ 72 ਘੰਟਿਆਂ ਲਈ ਮੋਰਚਰੀ ਦੇ ਵਿੱਚ ਰੱਖਿਆ ਗਿਆ ਸੀ ਸ਼ਨਾਖਤ ਲਈ, ਜਿਹਦੀ ਅੱਜ ਸ਼ਨਾਖਤ ਹੋ ਗਈ। ਮਰਨ ਵਾਲੇ ਦਾ ਨਾਮ ਹੈਗਾ ਲਾਡੀ ਸਿੰਘ, ਪੁੱਤਰ ਬੰਤਾ ਸਿੰਘ, ਬਾਸੀ ਪਿੰਡ ਕਲਾਰਾਂ, ਜਿਹਦੀ ਉਮਰ 26 ਸਾਲ ਦੀ ਹੈ। ਕਿਹਨੇ ਆ ਕੇ ਪਹਿਚਾਣ ਕੀਤੀ ਇਸ ਦੀ? ਇਹਦੇ ਫਾਦਰ ਸਾਹਿਬ ਨੇ, ਵੀ ਇਹ ਸਾਡੇ ਹੀ ਲੜਕਾ ਜੀ। ਫਾਦਰ ਦਾ ਨਾਮ ਕੀ ਹੈ ਜੀ? ਬੰਤਾ ਸਿੰਘ ਜੀ। ਉਮਰ ਕਿੰਨੀ ਦੱਸ ਰਹੇ ਸੀ? ਉਮਰ 26-27 ਸਾਲ ਹੈ ਜੀ। ਹੋਰ ਕੁਛ ਕਿਹਾ ਇਹਨਾਂ ਨੇ ਵੀ? ਹਾਂ, ਕੋਈ ਲੈ ਕੇ ਆਇਆ, ਕਿੱਥੇ ਕੀ ਕੰਮ ਕਰਦਾ ਸੀ, ਦੱਸਿਆ ਕੁਝ ਡਿਟੇਲ? ਡੈਡ ਬੋਡੀ ਦਾ ਪੋਸਟਮਾਰਟਮ ਕਰਾ ਕੇ ਜੋ ਵੀ ਪੋਸਟਮਾਰਟਮ ਤੋਂ ਬਾਅਦ ਜੋ ਵੀ ਰਿਪੋਰਟ ਬਣੇਗੀ, ਜੈਸੀ ਸੂਰਤ ਹੋਏਗੀ, ਉਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਜੀ।